ਤੇਰਾ ਪਤਾ ਬੁੜੀਏ, ਮੈਂ ਇੱਥੇ ਆਪਣਾ ਉਹ ਹੱਕ ਲੈਣ ਆਇਆ ਜਿਹਨੂੰ ਤੂੰ ਵਕਾਓ ਮਾਲ ਸਮਝ ਕੇ ਪਰਦੇਸੀ ਦੀ ਚੋਲੀ ਚ ਪਾਤਾ ਸੀ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸੁਲਤਾਨੇ ਦੀਆਂ ਐਸੀਆਂ ਫਿਲਮਾਂ ਲੈ ਕੇ ਤੁਹਾਡੇ ਸਾਹਮਣੇ ਆਵਾਂਗਾ ਜਿਨ੍ਹਾਂ ਦੇ ਅੰਦਰ ਸੁਲਤਾਨੇ ਨੇ ਖਵਾ ਇੱਕ ਸੀਨ ਕਿਉਂ ਨਾ ਕੀਤਾ ਹੋਵੇ। ਅੱਜ ਬੜੀ ਹੀ ਬਿਹਤਰੀਨ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਹੇ ਹਾਂ ਜਿਸ ਦੇ ਵਿੱਚ ਸੁਲਤਾਨੇ ਨੇ ਬਤੌਰ ਵਿਲਨ ਕੰਮ ਕੀਤਾ ਔਰ ਬੜਾ ਹੀ ਸ਼ਾਨਦਾਰ ਕੰਮ ਕੀਤਾ। ਉਸ ਫਿਲਮ ਦਾ ਨਾਂ ਹੈ ਦੋ ਪੱਤਰ ਅਨਾਰਾਂ ਦੇ। 27 ਜਨਵਰੀ 1972 ਈਦ ਉਲ ਅਜ਼ਹਾ ਬਰੋਜ ਜਮਰਾਤ ਰਿਲੀਜ਼ ਹੋਣ ਵਾਲੀ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਦੋ ਪੱਤਰ ਅਨਾਰਾਂ ਦੇ। ਇਸ ਫਿਲਮ ਨੂੰ ਐਵਰ ਰੇਡੀ ਪਿਕਚਰ ਨੇ ਰਿਲੀਜ਼ ਕੀਤਾ ਸੀ ਅਤੇ ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਹਬੀਬ, ਰੋਜ਼ੀਨਾ, ਏਜਾਜ਼, ਆਲੀਆ, ਨੇਯਰ ਸੁਲਤਾਨਾ, ਫਾਜ਼ਲ ਭੱਟ, ਅਲਿਆਸ ਕਸ਼ਮੀਰੀ। ਇਸ ਫਿਲਮ ਦੇ ਹਦਾਇਤਕਾਰ ਸਨ ਹੈਦਰ ਚੌਧਰੀ, ਫਿਲਮਸਾਜ਼ ਨਸੀਮ ਉਲ ਸਕਲੈਨ, ਮਿਊਜ਼ਿਕ ਦਿੱਤਾ ਸੀ ਐਮ ਅਸ਼ਰਫ ਨੇ ਅਤੇ ਇਹਦੇ ਜਿਹੜੇ ਰਾਈਟਰ ਸਨ ਯਾਨੀ ਕਿ ਲਿਖਾਰੀ ਸਨ ਉਹ ਜ਼ਕੀ ਬੀ ਏ ਸਨ। ਨਾਜ਼ਰੀਨ, ਇਹ ਸੁਲਤਾਨੇ ਦੀ ਬਤੌਰ ਵਿਲਨ ਬੜੀ ਹੀ ਜ਼ਬਰਦਸਤ ਫਿਲਮ ਹੈ। ਦਿਲਬਰ ਦੇ ਕਰੈਕਟਰ ਦੀ ਸੁਲਤਾਨੇ ਨੇ ਜਿਹੜੀ ਪਰਫਾਰਮੈਂਸ ਦਿੱਤੀ ਹੈ ਬੜੀ ਹੀ ਲਾਜਵਾਬ ਹੈ ਔਰ ਬੜਾ ਹੀ ਸ਼ਾਕਾਰ ਉਸਨੇ ਕੰਮ ਕੀਤਾ ਹੈ ਔਰ ਉਹਦੀ ਡਾਇਲੋਗ ਡਿਲੀਵਰੀ, ਉਸਦੇ ਬਾਡੀ ਲੈਂਗੁਏਜ ਜਿਹੜੀ ਹੁੰਦੀ ਹੈ ਉਹ ਪਤਾ ਚੱਲਦਾ ਕਿ ਕੋਈ ਵਿਲਨ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ ਹੋ। ਨਾਜ਼ਰੀਨ, ਮਿਹਰਬਾਨੀ ਫਰਮਾ ਕੇ ਆਪਣੇ ਆਪਣੇ ਸੋਹਣੇ ਹੱਥਾਂ ਨਾਲ, ਆਪਣੇ ਪਿਆਰੇ ਹੱਥਾਂ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਔਰ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਆਪਣੇ ਪਿਆਰ ਦਾ ਸਬੂਤ ਦਿਓਗੇ, ਆਪਣੇ ਸੋਹਣੇ ਸੋਹਣੇ ਅਤੇ ਮਿੱਠੇ ਮਿੱਠੇ ਹੱਥਾਂ ਦੇ ਨਾਲ ਕਮੈਂਟਸ ਵੀ ਕਰ ਦਿਆ ਕਰੋ। ਜਦੋਂ ਤੁਸੀਂ ਚੰਗੇ ਚੰਗੇ ਕਮੈਂਟਸ ਕਰਦੇ ਹੋ ਸਾਡਾ ਹੌਸਲਾ ਵੱਧਦਾ ਔਰ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਔਰ ਪਿਆਰ ਦਾ ਸਬੂਤ ਇਹ ਦਿਓ ਕਿ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਆ ਕਰੋ ਔਰ ਪਿਆਰ ਦਾ ਸਬੂਤ ਇਹ ਦਿਓ ਕਿ ਚੈਨਲ ਨੂੰ ਅਗਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰ ਦਿਆ ਕਰੋ। ਝੂਠੀ ਇੱਜ਼ਤ ਨੂੰ, ਓਏ ਬਾਜ਼ ਮਾਰ ਆਪਣੀ ਝੂਠੀ ਗੈਰਤ ਨੂੰ, ਮੇਰਾ ਸੀਨਾ ਚਾਹ ਕਰਕੇ ਮੇਰੇ ਦਿਲ ਦੀ ਵੋਟੀ ਵੋਟੀ ਕਰ ਦੇ। ਓਏ ਭਾਉ, ਓਏ ਮੈਂ ਵੀ ਕਰ ਗੁਜ਼ਰਾਂਗਾ ਜੇ ਕੱਲ ਦੱਸ। ਮੈਂ ਤੁਹਾਨੂੰ ਦੱਸਾਂਗਾ, ਗੋ ਕਿ ਇਸ ਫਿਲਮ ਦੇ ਅੰਦਰ ਹਬੀਬੀ ਰਸੀ ਔਰ ਰੋਜ਼ੀਨਾ ਨੇ ਹਿਰਵਨ ਦਾ ਕਰੈਕਟਰ ਵੀ ਅਦਾ ਕੀਤਾ ਸੀ, ਦੂਸਰੀ ਤਰਫ ਏਜਾਜ਼ ਸੀ ਔਰ ਆਲੀਆ ਸੀ। ਲੇਕਿਨ ਮੈਂ ਤੁਹਾਨੂੰ ਦੱਸਾਂ ਕਿ ਇਹ ਫਿਲਮ ਤਿੰਨ ਬੰਦਿਆਂ ਦੀ ਹੈ। ਉਹ ਬੰਦੇ ਕਿਹੜੇ ਨੇ? ਉਹ ਸੁਣ, ਏਜਾਜ਼, ਆਲੀਆ ਔਰ ਸੁਲਤਾਨ ਰਈ। ਇਸ ਫਿਲਮ ਦੇ ਸਿੰਗਰ ਸਨ ਨੂਰਜਹਾਨ, ਅਹਿਮਦ ਰੁਸ਼ਦੀ। ਏਜਾਜ਼ ਦਾ ਨਾਂ ਯੂਸਫ ਹੁੰਦਾ ਹੈ, ਆਲੀਆ ਦਾ ਨਾਂ ਛਮੋ ਹੁੰਦਾ ਹੈ ਅਤੇ ਸੁਲਤਾਨ ਰਈ ਦਾ ਨਾਂ ਦਿਲਬਰ ਹੁੰਦਾ ਹੈ। ਅਗਰ ਤੁਸੀਂ ਇਸ ਫਿਲਮ ਵਿੱਚ ਆਲੀਆ ਨੂੰ ਵੇਖੋ ਤੇ ਆਲੀਆ ਦੇ ਇਸ ਫਿਲਮ ਵਿੱਚ ਦੋ ਪੋਰਸ਼ਨ ਹਨ, ਇੱਕ ਦਿਹਾਤੀ ਲੜਕੀ ਦਾ ਪੋਰਸ਼ਨ ਹੈ ਔਰ ਉਸ ਤੋਂ ਬਾਅਦ ਇੱਕ ਤਵਾਇਫ ਦਾ ਪੋਰਸ਼ਨ ਹੈ। ਔਰ ਜਦੋਂ ਤੁਸੀਂ ਉਸ ਨੂੰ ਦਿਹਾਤੀ ਦੇ ਪੋਰਸ਼ਨ ਹੀ ਦੇਖੋਗੇ, ਦਿਹਾਤੀ ਦੇ ਕਰੈਕਟਰ ਹੀ ਦੇਖੋਗੇ ਤੇ ਤੁਹਾਨੂੰ ਇਹ ਪਤਾ ਚੱਲੇਗਾ ਕਿ ਵਾਕਿਆ ਆਲੀਆ ਨੇ ਇਹ ਸਾਬਤ ਕੀਤਾ ਵੇ ਕਿ ਉਹ ਦਿਹਾਤੀ ਲੜਕੀ ਔਰ ਬੜਾ ਹੀ ਅੱਛਾ ਉਸਨੇ ਦਿਹਾਤੀ ਲੜਕੀ ਦਾ ਕਿਰਦਾਰ ਅਦਾ ਕੀਤਾ ਹੈ। ਲੇਕਿਨ ਜਦੋਂ ਉਹ ਤਵਾਇਫ ਬਣਦੀ ਹੈ ਤੇ ਤਵਾਇਫ ਦੇ ਕਿਰਦਾਰ ਜਿਹੜਾ ਉਹਨੇ ਡੁੱਬ ਕੇ ਅਦਾਕਾਰੀ ਕੀਤੀ ਹੈ ਉਹ ਤੁਹਾਨੂੰ ਅਦਾਕਾਰੀ ਰੋਣੇ ਤੇ ਮਜਬੂਰ ਕਰ ਦੇਗੀ। ਗੋਕੇ ਫਿਲਮ ਦੇ ਅੰਦਰ ਹਬੀਬ ਹੀਰੋ ਵੇ ਔਰ ਰੋਜ਼ੀਨਾ ਹੀਰਵਨ ਹੈ। ਲੇਕਿਨ ਮੈਂ ਸਮਝਦਾ ਹੈ ਕਿ ਏਜਾਜ਼ ਨੇ ਜਿਹੜਾ ਕੰਮ ਕੀਤਾ ਹੈ, ਏਜਾਜ਼ ਇੱਕ ਅਯਾਸ਼ ਕਿਸਮ ਦਾ ਸ਼ਖਸ ਹੁੰਦਾ ਹੈ ਜਿਹੜਾ ਸ਼ਾਦੀ ਨੂੰ ਇੱਕ ਫਜ਼ੂਲ ਬੰਦਰ ਸਮਝਦਾ ਹੈ ਔਰ ਇਹ ਚਾਹੁੰਦਾ ਕਿ ਉਹ ਸਾਰੀ ਜ਼ਿੰਦਗੀ ਸ਼ੈਸ਼ੀ ਕਰਦਾ ਰਹੇ, ਸ਼ਰਾਬ ਦਾ ਸ਼ੌਕੀਨ ਹੁੰਦਾ, ਲੜਕੀਆਂ ਦਾ ਸ਼ੌਕੀਨ ਹੁੰਦਾ। ਇਸ ਫਿਲਮ ਦੇ ਅੰਦਰ ਜਿਹੜਾ ਮੌਜੂ ਇੱਕ ਸੋਸ਼ਲ ਮੌਜੂ ਇੱਕ ਪੈਗਾਮ ਦਿੱਤਾ ਗਿਆ ਕਿ ਇਨਸਾਨੀ ਰਿਸ਼ਤਿਆਂ ਦੀ ਕੀ ਕਦਰ ਹੁੰਦੀ ਹੈ, ਸ਼ਾਦੀ ਦੀ ਕੀ ਕਦਰ ਹੁੰਦੀ ਹੈ। ਹਬੀਬ ਨੇ ਇਸ ਫਿਲਮ ਦੀ ਜਾਵੇਦ ਦਾ ਕਰੈਕਟਰ ਅਦਾ ਕੀਤਾ। ਜਾਵੇਦ ਅਤੇ ਹਬੀਬ ਦੋਸਤ ਹੁੰਦੇ ਨੇ। ਅਲਿਆਸ ਕਸ਼ਮੀਰੀ ਨੇ ਇਸ ਫਿਲਮ ਦੇ ਅੰਦਰ ਏਜਾਜ਼ ਦੇ ਵਾਲਦ ਦਾ ਕਰੈਕਟਰ ਅਦਾ ਕੀਤਾ ਜਿਹੜਾ ਇਸ ਦੀਆਂ ਹਰਕਤਾਂ ਤੋਂ ਬਹੁਤ ਤੰਗ ਹੁੰਦਾ ਔਰ ਉਹਦੀ ਸ਼ਾਦੀ ਕਰਨਾ ਚਾਹੁੰਦਾ। ਏਜਾਜ਼ ਪਿੰਡ ਚਲਾ ਜਾਂਦਾ ਹੈ, ਹਬੀਬ ਉਹਦੇ ਨਾਲ ਹੁੰਦਾ, ਉੱਥੇ ਉਹਨਾਂ ਦੀ ਮੁਲਾਕਾਤ ਰੋਜ਼ੀਨਾ ਨਾਲ ਹੁੰਦੀ ਹੈ, ਆਲੀਆ ਦੇ ਨਾਲ ਹੁੰਦੀ ਹੈ।
اور نیر سلطانہ دا کام اس فلم دی بہت مختصر ہے، لیکن اس نے بڑی ہی شاندار ایکٹنگ دا مظاہرہ کیتا ہے اور کم ٹائم دے اندر اس نے بڑا ہی اچھا کام کیتا ہے۔ دونوں چلے جاندے نوں تھے ملاقات ہوندی ہے، پیار محبت ہوندی ہے، اعجاز یوسف جڑا ہوندا ہے وہ عالیہ دے نال شادی کر لیندا ہے اور انہوں چھوڑ کے انہوں توخا دے کے پنڈ توں شہر واپس آ جاندے ہیں، جبکہ ابیب نے ایک اچھے انسان دا کریکٹر ادا کیتا ہے جڑا روزینہ دے نال محبت کرتا ہے اور اینڈ تے شادی بھی دے نال کر لیندا ہے۔ یعنی کہ برائی اور اچھائی نوں اس فلم دے اندر مقابلہ کرتے ہیں دکھایا گیا ہے۔ اعجاز نوں اپنی غلطی دا احساس ہوندا ہے، وہ اپنے والد دے کہن تے شادی اتے راضی ہو جاندا ہے، حالات پنڈی چوں کڈ کے چھمو عالیہ نوں شہر پہنچا دیندے اور ایک طوائف دے ہتھے چڑھ جاندی ہے، طوائف دے ہتھے چڑھ جاندی ہے اور وہ وقت اور حالات اس نوں طوائف بلا دیندے۔ اس فلم دے اندر اگر مینوں کسی اور بندے دا کام پسند آیا ہے تے وہ فاضل بٹ سی۔ فاضل بٹ دیاں میں بہت ساریاں فلماں دیکھیاں، پر اس فلم دے اندر فاضل بٹ نے روٹین تو اٹ کے کام کیتا ہے اور بڑا ہی زبردست اور بڑا ہی اچھا کام کیتا ہے۔ اگر اس فلم دے میوزک دی گل کیتی جائے، سارے گانے بہت اچھے ہیں، لیکن دو گانے جنہاں نے میلا لڑ لیتا ہے، احمد اشرف نے بڑی ہی اچھی موسیقی دیتی ہے، وہ گانے سن، دو پتر اناراں دے۔ دوسرا جڑا گانا سی محبت تیری زندگی میری، محبت تیری زندگی میری، محبت تیری زندگی میری۔ جدو اس نو عالیہ تے پکچرائز کیتا جاندہ ہے، دونوں دفعہ عالیہ تے ہوندہ ہے، ایک دفعہ خوشی دا سیکنس ہوندہ ہے اور دوسری دفعہ اس نو ٹریجڈی انداز دی، جدو عالیہ توائے بن جاندی ہے اور اعجاز دی شادی ہوندی اور توائے بن کے وہ نچدی ہے، اور اے گانا او دی پرفارمنس اور اے گانا یقین کرو بڑا ایک عجیب ماحول پیدا کر دیندا ہے۔ اور اے فلم یوٹیوب تے موجود ہے، تسی جا کے فلم ویکھ سکدے ہو اور تسی سلطان رائی دا بہترین کام دیکھو گے۔ اس فلم دے اندر سلطان رائی نے بڑا ہی لاجواب کام کیتا ہے۔ اور اگر تہانوں میری معلومات اچھی لگی ہے، میرے چینل نو لائک کرو، سبسکرائب کرو تے شیئر کرو، تے نیکسٹ ویڈیو تک رب رکھ۔